ਅਸੀਂ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਲਗਾਤਾਰ ਮਰੀਜ਼ਾਂ ਨੂੰ ਲਿਆਂਦਾ ਜਾ ਰਿਹਾ ਕਿਉਂਕਿ ਉਹਨਾਂ ਦੇ ਜਿਹੜੇ ਚੈੱਕਅਪ ਨੇ, ਕਿਸੇ ਦਾ ਸੀਟੀ ਸਕੈਨ ਹੋ ਰਿਹਾ, ਕਿਸੇ ਦਾ ਹੋਰ ਇਲਾਜ ਹੋ ਰਿਹਾ, ਉਹਨਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਦੱਸ ਦਈਏ ਕਿ ਜਿਹੜੀ ਬੱਸ ਸੀਗੀ ਉਹ ਪਟਿਆਲਾ ਤੋਂ ਕੈਥਲ ਨੂੰ ਜਾ ਰਹੀ ਸੀ। ਮੇਰੇ ਨਾਲ ਕੁਝ ਜਿਹੜੇ ਰਿਸ਼ਤੇਦਾਰ ਨੇ ਉਹ ਇੱਥੇ ਆਏ ਨੇ, ਜਿਹੜੇ ਕੰਡਕਟਰ ਸੀ ਬੱਸ ਦੇ ਉਹ ਪਾਤੜਾਂ ਦੇ ਨੇੜੇ ਚੁਰਾਗਰਾ ਪਿੰਡ ਦੇ ਰਹਿਣ ਵਾਲੇ ਨੇ। ਉਹਦੇ ਜਿਹੜੇ ਭੈਣ ਜੀ ਨੇ ਉਹ ਸਾਡੇ ਨਾਲ ਆਏ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਭੈਣ ਜੀ, ਤੁਹਾਡੇ ਭਰਾ ਇਸ ਬੱਸ 'ਤੇ ਲੱਗੇ ਹੋਏ ਸੀ, ਕਿਵੇਂ ਤੁਹਾਨੂੰ ਖਬਰ ਮਿਲੀ ਜਦੋਂ ਤੁਸੀਂ ਇੱਥੇ ਪਹੁੰਚੇ? ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਜੀ, ਅਤੇ ਮੇਰੇ ਬ੍ਰਦਰ ਨੇ ਜੀ ਉਹ ਕਨੈਕਟਰ ਨੇ ਜੀ ਬੱਸ ਕਨੈਕਟਰ ਜੀ, ਉਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਜੀ, ਦਿਨ ਰਾਤ ਦੀ 24 ਘੰਟਿਆਂ ਦੀ ਡਿਊਟੀ ਹੈ ਜੀ। ਸਵੇਰੇ 8 ਵਜੇ ਘਰੋਂ 7 ਵਜੇ ਚੱਲੇ ਨੇ ਜੀ, ਅਤੇ 8 ਵਜੇ ਸਾਨੂੰ ਫੋਨ ਗਿਆ ਜੀ, 8 ਵਜੇ ਸਾਨੂੰ ਫੋਨ ਕਿਸੇ ਡਰਾਈਵਰ ਨੇ ਕੀਤਾ ਮੇਰੇ ਹਸਬੈਂਡ ਨੂੰ ਵੀ ਤੁਹਾਡੇ ਰਿਸ਼ਤੇਦਾਰਾਂ ਦਾ ਐਕਸੀਡੈਂਟ ਹੋ ਗਿਆ, ਅਤੇ ਉਸ ਤੋਂ ਬਾਅਦ ਅਸੀਂ ਚੱਲੇ, ਕੁਛ ਨਹੀਂ ਔੜਦਾ, ਜਦੋਂ ਦੇਖੇ ਅਸੀਂ ਫੋਟੋ ਵੀ ਵੇਖੀ ਜੀ, ਸਾਨੂੰ ਵੀਡੀਓ ਪਾਈ, ਸਾਡਾ ਮਨ ਬਹੁਤ ਘਬਰਾ ਗਿਆ ਵੀ ਸੱਟ ਬਹੁਤ ਜ਼ਿਆਦਾ ਲੱਗੀ ਹੋਈ ਹੈ ਜੀ। ਅਸੀਂ 10 ਵਜੇ ਪਹੁੰਚੇ, ਸਾਡੇ ਆਉਣ ਤੋਂ ਪਹਿਲਾਂ ਮੇਰੇ ਭਰਾ ਜਿੰਦੇ ਰਹਿਣ ਮੁਲਾਜ਼ਮ ਨੇ ਜੀ ਉਹ ਇੱਥੇ ਲੈ ਕੇ ਆਏ, ਇਹਨਾਂ ਨੂੰ ਹੋਸਪਿਟਲ ਦਾਖਲ ਕੀਤਾ ਜੀ। ਠੀਕ ਹੈ ਜੀ, ਹੁਣ ਜਦੋਂ ਅਸੀਂ ਹਾਲਤ ਵੇਖੀ ਅਸੀਂ ਬਸ ਦੇਖੀ ਨਹੀਂ ਗਈ ਭਰਾ ਦੀ। ਹਾਂਜੀ, ਬਹੁਤ ਜ਼ਿਆਦਾ ਸੱਟ ਲੱਗੀ ਹੋਈ ਹੈ ਜੀ। ਦੇਖੋ ਇਹਨਾਂ ਦੀ ਡਿਊਟੀਆਂ ਬਹੁਤ ਜ਼ਿਆਦਾ, ਸਰਕਾਰ ਨੂੰ ਮੇਰੀ ਇਹੀ ਬੇਨਤੀ ਹੈ ਜੀ, ਇਹੀ ਮੰਗ ਹੈ ਜੀ ਵੀ ਇਹਨਾਂ ਦੀ ਡਿਊਟੀ ਨੂੰ ਥੋੜ੍ਹਾ ਮੋਟਾ ਇਹਨੂੰ ਰੈਸਟ ਚਾਹੀਦਾ, ਰੈਸਟ ਮਿਲਣੀ ਚਾਹੀਦੀ ਹੈ। ਸ਼ਾਮ ਨੂੰ ਜੀ 11 ਵਜੇ ਘਰ ਵੜਦੇ ਨੇ, ਸਵੇਰੇ 3 ਵਜੇ ਉੱਠ ਕੇ 4 ਵਜੇ ਫਿਰ ਇਹਨਾਂ ਨੇ ਬੱਸ 'ਤੇ ਚਲਾਉਣਾ ਹੁੰਦਾ ਜੀ। ਹੋ ਸਕਦਾ ਜਿਹੜੀ ਕਹਿੰਦੇ ਬੱਸ ਪਿੱਛੇ ਲੱਗੀ, ਹੋ ਸਕਦਾ ਵੀ ਡਰਾਈਵਰ ਨੂੰ ਵੀ ਥਕਾਵਟ ਹੋਈ ਹੋਵੇ, ਵੀ ਉਹਨਾਂ ਨੂੰ ਪਤਾ ਨਾ ਲੱਗਿਆ ਹੋਵੇ। ਡਿਊਟੀ ਇਕੱਠੀ ਹੁੰਦੀ ਹੈ ਜੀ, ਡਰਾਈਵਰ ਨੂੰ ਵੀ ਉਹਨੀ ਰੈਸਟ ਚਾਹੀਦੀ ਹੈ ਜੀ, ਕੰਡਕਟਰ ਨੂੰ ਚਾਹੀਦੀ ਹੈ, ਡਿਊਟੀ ਤਾਂ ਸੇਮ ਹੀ ਹੈ ਜੀ ਇਹਨਾਂ ਦੀ। ਹਾਂਜੀ ਵੀ ਹੋ ਸਕਦਾ ਤਾਂ ਹਾਂਜੀ ਹਾਂਜੀ ਬਿਲਕੁਲ। ਤੁਸੀਂ ਦੇਖੋ ਪਰਿਵਾਰਕ ਮੈਂਬਰ ਨੇ, ਉਹਨਾਂ ਦੇ ਭੈਣ ਨੇ ਕੰਡਕਟਰ ਦੇ, ਉਹਨਾਂ ਨੇ ਕਿਹਾ ਕਿ ਅਕਸਰ ਜਿਹੜੀ ਉਹਦੀ ਡਿਊਟੀ ਆ, ਡਿਊਟੀ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਰਿਹਾ ਕਿ ਡਿਊਟੀ ਉਹ ਰਾਤ ਨੂੰ 11 ਵਜੇ ਘਰੇ ਜਾਂਦੇ ਨੇ ਅਤੇ 3 ਵਜੇ ਸਵੇਰੇ ਫਿਰ ਡਿਊਟੀ 'ਤੇ ਆ ਜਾਂਦੇ ਨੇ, ਆਰਾਮ ਪੂਰਾ ਨਹੀਂ ਮਿਲਦਾ, ਅਤੇ ਹੋ ਸਕਦਾ ਕਿ ਡਰਾਈਵਰ ਨੂੰ ਥਕਾਵਟ ਕਰਕੇ ਅੱਖ ਲੱਗੀ ਹੋਵੇ ਅਤੇ ਬੱਸ ਪਿੱਛੇ ਜਾ ਕੇ ਟਿੱਪਣ 'ਤੇ ਲੱਗੀ ਹੋਵੇ ਅਤੇ ਭਿਆਨ ਖਾਸਾ ਵਾਪਰ ਗਿਆ ਹੋਵੇ। ਸੋ ਜਿਹੜਾ ਕੰਡਕਟਰ ਹੈ, ਡਰਾਈਵਰ ਆ, ਜਾਂ ਜਿਹੜੀਆਂ ਦੂਜੀਆਂ ਸਵਾਰੀਆਂ ਨੇ, ਉਹਨਾਂ ਦਾ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਇਲਾਜ ਚੱਲ ਰਿਹਾ। ਸਾਰਿਆਂ ਦੀ ਜਿਹੜੀ ਹਾਲਤ ਹੈ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ, ਪਰ ਸੱਟਾਂ ਬਹੁਤ ਜ਼ਿਆਦਾ ਨੇ ਅਤੇ ਇਸ ਕਰਕੇ ਜਿਹੜੇ ਡਾਕਟਰ ਨੇ ਉਹਨਾਂ ਦਾ ਫਿਲਹਾਲ ਇਲਾਜ ਕਰ ਰਹੇ ਨੇ, ਪਰ ਲਗਾਤਾਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਇੱਥੇ ਪਹੁੰਚ ਰਹੇ ਨੇ ਕਿ ਸਾਡੀਆਂ ਜਿਹੜੀਆਂ ਸਵਾਰੀਆਂ ਆਪਣੀ ਮੰਜ਼ਿਲ ਨੂੰ ਜਾ ਰਹੀਆਂ ਸੀ, ਉਹਨਾਂ ਦਾ ਫਿਲਹਾਲ ਕੀ ਹੈ। ਸੋ ਇਲਾਜ ਚੱਲ ਰਿਹਾ ਅਤੇ ਜਿਹੜੇ ਲੋਕ ਨੇ ਉਹੀ ਦੁਆਵਾਂ ਮੰਗ ਰਹੇ ਨੇ ਕਿ ਜਿੰਨੀਆਂ ਵੀ ਸਵਾਰੀਆਂ ਨੇ ਉਹ ਜਲਦ ਤੋਂ ਜਲਦ ਤੰਦਰੁਸਤ ਹੋ ਜਾਣ। ਪਰ ਸਵਾਲ ਫਿਰ ਇੱਕੋ ਹੀ ਆਉਂਦਾ ਕਿ ਇਹ ਜਿਹੜਾ ਹਾਦਸਾ ਵਾਪਰਿਆ ਉਹਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਇਹ ਸਵਾਲ ਜ਼ਰੂਰ ਖੜੇ ਕੀਤੇ ਨੇ ਕਿ PRTC ਦੇ ਜਿਹੜੇ ਡਰਾਈਵਰ ਨੇ ਜਾਂ ਕੰਡਕਟਰ ਨੇ, ਉਹਨਾਂ ਤੋਂ ਡਿਊਟੀ ਵੱਧ ਲਈ ਜਾਂਦੀ ਹੈ, ਉਹਨਾਂ ਦੇ ਜੌਬ ਘੱਟ ਨੇ, ਯਾਨੀ ਕਿ ਮੁਲਾਜ਼ਮ ਘੱਟ ਨੇ, ਮੈਨ ਪਾਵਰ ਘੱਟ ਹੈ, ਅਤੇ ਇਸੇ ਕਰਕੇ ਜਦੋਂ ਵੱਧ ਡਿਊਟੀ ਲਈ ਜਾਂਦੀ ਹੈ ਤਾਂ ਉਹਦਾ ਅਸਰ ਕਿਤੇ ਨਾ ਕਿਤੇ ਇਹਨਾਂ ਦੀ ਸਿਹਤ ਉੱਪਰ ਪੈਂਦਾ, ਅਤੇ ਇਸ ਕਰਕੇ ਹੋ ਸਕਦਾ ਕਿ ਝਪਕੀ ਆ ਜਾਣ ਦੇ ਕਾਰਨ ਬੱਸ ਚਾਲਕ ਨੂੰ ਪਤਾ ਨਾ ਲੱਗਿਆ ਅਤੇ ਉਹ ਟਿੱਪਰ ਦੇ ਪਿੱਛੇ ਜਾ ਟਕਰਾਈ। ਅਸੀਂ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਲਗਾਤਾਰ ਮਰੀਜ਼ਾਂ ਨੂੰ ਲਿਆਂਦਾ ਜਾ ਰਿਹਾ ਕਿਉਂਕਿ ਉਹਨਾਂ ਦੇ ਜਿਹੜੇ ਚੈੱਕਅਪ ਨੇ, ਕਿਸੇ ਦਾ ਸੀਟੀ ਸਕੈਨ ਹੋ ਰਿਹਾ, ਕਿਸੇ ਦਾ ਹੋਰ ਇਲਾਜ ਹੋ ਰਿਹਾ, ਉਹਨਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਦੱਸ ਦਈਏ ਕਿ ਜਿਹੜੀ ਬੱਸ ਸੀਗੀ ਉਹ ਪਟਿਆਲਾ ਤੋਂ ਕੈਥਲ ਨੂੰ ਜਾ ਰਹੀ ਸੀ। ਮੇਰੇ ਨਾਲ ਕੁਝ ਜਿਹੜੇ ਰਿਸ਼ਤੇਦਾਰ ਨੇ ਉਹ ਇੱਥੇ ਆਏ ਨੇ, ਜਿਹੜੇ ਕੰਡਕਟਰ ਸੀ ਬੱਸ ਦੇ ਉਹ ਪਾਤੜਾਂ ਦੇ ਨੇੜੇ ਚੁਰਾਗਰਾ ਪਿੰਡ ਦੇ ਰਹਿਣ ਵਾਲੇ ਨੇ। ਉਹਦੇ ਜਿਹੜੇ ਭੈਣ ਜੀ ਨੇ ਉਹ ਸਾਡੇ ਨਾਲ ਆਏ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਭੈਣ ਜੀ, ਤੁਹਾਡੇ ਭਰਾ ਇਸ ਬੱਸ 'ਤੇ ਲੱਗੇ ਹੋਏ ਸੀ, ਕਿਵੇਂ ਤੁਹਾਨੂੰ ਖਬਰ ਮਿਲੀ ਜਦੋਂ ਤੁਸੀਂ ਇੱਥੇ ਪਹੁੰਚੇ? ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਜੀ, ਅਤੇ ਮੇਰੇ ਬ੍ਰਦਰ ਨੇ ਜੀ ਉਹ ਕਨੈਕਟਰ ਨੇ ਜੀ ਬੱਸ ਕਨੈਕਟਰ ਜੀ, ਉਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਜੀ, ਦਿਨ ਰਾਤ ਦੀ 24 ਘੰਟਿਆਂ ਦੀ ਡਿਊਟੀ ਹੈ ਜੀ। ਸਵੇਰੇ 8 ਵਜੇ ਘਰੋਂ 7 ਵਜੇ ਚੱਲੇ ਨੇ ਜੀ, ਅਤੇ 8 ਵਜੇ ਸਾਨੂੰ ਫੋਨ ਗਿਆ ਜੀ, 8 ਵਜੇ ਸਾਨੂੰ ਫੋਨ ਕਿਸੇ ਡਰਾਈਵਰ ਨੇ ਕੀਤਾ ਮੇਰੇ ਹਸਬੈਂਡ ਨੂੰ ਵੀ ਤੁਹਾਡੇ ਰਿਸ਼ਤੇਦਾਰਾਂ ਦਾ ਐਕਸੀਡੈਂਟ ਹੋ ਗਿਆ,
ਤੇ ਉਸ ਤੋਂ ਬਾਅਦ ਅਸੀਂ ਚੱਲੇ, ਕੁਛ ਨਹੀਂ ਔੜਦੇ, ਜਦੋਂ ਦੇਖੇ ਅਸੀਂ ਫੋਟੋ ਵੀ ਵੇਖੀ ਜੀ, ਸਾਨੂੰ ਵੀਡੀਓ ਪਾਈ, ਸਾਡਾ ਮਨ ਬਹੁਤ ਘਬਰਾ ਗਿਆ ਵੀ ਸੱਟ ਬਹੁਤ ਜ਼ਿਆਦਾ ਲੱਗੀ ਹੋਈ ਹੈ ਜੀ। ਅਸੀਂ 10 ਵਜੇ ਪਹੁੰਚੇ, ਸਾਡੇ ਆਉਣ ਤੋਂ ਪਹਿਲਾਂ ਮੇਰੇ ਭਰਾ ਜਿੰਦੇ ਰਹਿਣ ਮੁਲਾਜ਼ਮ ਨੇ ਜੀ, ਉਹ ਇੱਥੇ ਲੈ ਕੇ ਆਏ, ਇਹਨਾਂ ਨੂੰ ਹੋਸਪਿਟਲ ਦਾਖਲ ਕੀਤਾ ਜੀ। ਠੀਕ ਹੈ ਜੀ, ਹੁਣ ਜਦੋਂ ਅਸੀਂ ਹਾਲਤ ਵੇਖੀ ਅਸੀਂ ਬਸ ਦੇਖੀ ਨਹੀਂ ਗਈ ਜੀ ਭਰਾ ਦੀ। ਹਾਂਜੀ, ਬਹੁਤ ਜ਼ਿਆਦਾ ਸੱਟ ਲੱਗੀ ਹੋਈ ਹੈ ਜੀ। ਦੇਖੋ ਇਹਨਾਂ ਦੀ ਡਿਊਟੀਆਂ ਬਹੁਤ ਜ਼ਿਆਦਾ, ਸਰਕਾਰ ਨੂੰ ਮੇਰੀ ਇਹ ਬੇਨਤੀ ਹੈ ਜੀ, ਇਹ ਮੰਗ ਹੈ ਜੀ ਵੀ ਇਹਨਾਂ ਦੀ ਡਿਊਟੀ ਨੂੰ ਥੋੜ੍ਹਾ ਮੋਟਾ ਇਹਨੂੰ ਰੈਸਟ ਚਾਹੀਦਾ, ਰੈਸਟ ਮਿਲਣੀ ਚਾਹੀਦੀ। ਸ਼ਾਮ ਨੂੰ ਜੀ 11 ਵਜੇ ਘਰ ਵੜਦੇ ਨੇ, ਸਵੇਰੇ 3 ਵਜੇ ਉੱਠ ਕੇ 4 ਵਜੇ ਫਿਰ ਇਹਨਾਂ ਨੇ ਬੱਸ 'ਤੇ ਚਲਾਉਣਾ ਹੁੰਦਾ ਜੀ। ਹੋ ਸਕਦਾ ਜਿਹੜੀ ਕਹਿੰਦੇ ਬੱਸ ਪਿੱਛੇ ਲੱਗੀ, ਹੋ ਸਕਦਾ ਵੀ ਡਰਾਈਵਰ ਨੂੰ ਵੀ ਥਕਾਵਟ ਹੋਈ ਹੋਵੇ ਵੀ ਉਹਨਾਂ ਨੂੰ ਪਤਾ ਨਾ ਲੱਗਿਆ ਹੋਵੇ। ਡਿਊਟੀ ਕੱਟੀ ਹੁੰਦੀ ਜੀ, ਡਰਾਈਵਰ ਨੂੰ ਵੀ ਉਹਨੀ ਰੈਸਟ ਚਾਹੀਦੀ ਹੈ ਜੀ, ਕੰਡਕਟਰ ਨੂੰ ਵੀ ਚਾਹੀਦੀ ਹੈ, ਡਿਊਟੀ ਤਾਂ ਸੇਮ ਹੀ ਹੈ ਜੀ ਇਹਨਾਂ ਦੀ। ਹਾਂਜੀ ਹਾਂਜੀ, ਵੀ ਹੋ ਸਕਦਾ ਤਾਂ ਹਾਂਜੀ ਹਾਂਜੀ ਬਿਲਕੁਲ। ਤੁਸੀਂ ਦੇਖੋ ਪਰਿਵਾਰਕ ਮੈਂਬਰ ਨੇ, ਉਹਨਾਂ ਦੇ ਭੈਣ ਨੇ ਕੰਡਕਟਰ ਦੇ, ਉਹਨਾਂ ਨੇ ਕਿਹਾ ਕਿ ਅਕਸਰ ਜਿਹੜੀ ਉਹਦੀ ਡਿਊਟੀ ਆ, ਡਿਊਟੀ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਰਿਹਾ ਕਿ ਡਿਊਟੀ ਉਹ ਰਾਤ ਨੂੰ 11 ਵਜੇ ਘਰੇ ਜਾਂਦੇ ਨੇ ਅਤੇ 3 ਵਜੇ ਸਵੇਰੇ ਫਿਰ ਡਿਊਟੀ 'ਤੇ ਆ ਜਾਂਦੇ ਨੇ, ਆਰਾਮ ਪੂਰਾ ਨਹੀਂ ਮਿਲਦਾ, ਅਤੇ ਹੋ ਸਕਦਾ ਕਿ ਡਰਾਈਵਰ ਨੂੰ ਥਕਾਵਟ ਕਰਕੇ ਅੱਖ ਲੱਗੀ ਹੋਵੇ ਅਤੇ ਬੱਸ ਪਿੱਛੇ ਜਾ ਕੇ ਟਿੱਪਣ 'ਤੇ ਲੱਗੀ ਹੋਵੇ ਅਤੇ ਭਿਆਨਕ ਹਾਦਸਾ ਵਾਪਰ ਗਿਆ ਹੋਵੇ। ਸੋ ਜਿਹੜਾ ਕੰਡਕਟਰ ਹੈ, ਡਰਾਈਵਰ ਹੈ, ਜਾਂ ਜਿਹੜੀਆਂ ਦੂਜੀਆਂ ਸਵਾਰੀਆਂ ਨੇ, ਉਹਨਾਂ ਦਾ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਇਲਾਜ ਚੱਲ ਰਿਹਾ, ਸਾਰਿਆਂ ਦੀ ਜਿਹੜੀ ਹਾਲਤ ਹੈ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ, ਪਰ ਸੱਟਾਂ ਬਹੁਤ ਜ਼ਿਆਦਾ ਨੇ ਅਤੇ ਇਸ ਕਰਕੇ ਜਿਹੜੇ ਡਾਕਟਰ ਨੇ ਉਹਨਾਂ ਦਾ ਫਿਲਹਾਲ ਇਲਾਜ ਕਰ ਰਹੇ ਨੇ, ਪਰ ਲਗਾਤਾਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਇੱਥੇ ਪਹੁੰਚ ਰਹੇ ਨੇ ਕਿ ਸਾਡੀਆਂ ਜਿਹੜੀਆਂ ਸਵਾਰੀਆਂ ਆਪਣੀ ਮੰਜ਼ਿਲ ਨੂੰ ਜਾ ਰਹੀਆਂ ਸੀ, ਉਹਨਾਂ ਦਾ ਫਿਲਹਾਲ ਕੀ ਹੈ। ਸੋ ਇਲਾਜ ਚੱਲ ਰਿਹਾ ਅਤੇ ਜਿਹੜੇ ਲੋਕ ਨੇ ਉਹੀ ਦੁਆਵਾਂ ਮੰਗ ਰਹੇ ਨੇ ਕਿ ਜਿੰਨੀਆਂ ਵੀ ਸਵਾਰੀਆਂ ਨੇ ਉਹ ਜਲਦ ਤੋਂ ਜਲਦ ਤੰਦਰੁਸਤ ਹੋ ਜਾਣ। ਪਰ ਸਵਾਲ ਫਿਰ ਇੱਕੋ ਹੀ ਆਉਂਦਾ ਕਿ ਇਹ ਜਿਹੜਾ ਹਾਦਸਾ ਵਾਪਰਿਆ ਉਹਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਇਹ ਸਵਾਲ ਜ਼ਰੂਰ ਖੜੇ ਕੀਤੇ ਨੇ ਕਿ PRTC ਦੇ ਜਿਹੜੇ ਡਰਾਈਵਰ ਨੇ ਜਾਂ ਕੰਡਕਟਰ ਨੇ, ਉਹਨਾਂ ਤੋਂ ਡਿਊਟੀ ਵੱਧ ਲਈ ਜਾਂਦੀ ਹੈ, ਉਹਨਾਂ ਦੇ ਜੌਬ ਘੱਟ ਨੇ, ਯਾਨੀ ਕਿ ਮੁਲਾਜ਼ਮ ਘੱਟ ਨੇ, ਮੈਨ ਪਾਵਰ ਘੱਟ ਹੈ, ਅਤੇ ਇਸੇ ਕਰਕੇ ਜਦੋਂ ਵੱਧ ਡਿਊਟੀ ਲਈ ਜਾਂਦੀ ਹੈ ਤਾਂ ਉਹਦਾ ਅਸਰ ਕਿਤੇ ਨਾ ਕਿਤੇ ਇਹਨਾਂ ਦੀ ਸਿਹਤ ਉੱਪਰ ਪੈਂਦਾ, ਅਤੇ ਇਸ ਕਰਕੇ ਹੋ ਸਕਦਾ ਕਿ ਝਪਕੀ ਆ ਜਾਣ ਦੇ ਕਾਰਨ ਬੱਸ ਚਾਲਕ ਨੂੰ ਪਤਾ ਨਾ ਲੱਗਿਆ ਅਤੇ ਉਹ ਟਿੱਪਰ ਦੇ ਪਿੱਛੇ ਜਾ ਟਕਰਾਈ।